स्वागत है किसान वीरो तुहाडा सिद्ध कडेरी फार्मिंग दे विच। किसान वीरो अज एक होर वीडियो तुहानू दिखाउणे आ पिंड हराज शहर तलवंडी भाई दे बिल्कुल नाल फिरोजपुर जिले दा इह पिंड ते इस घर च वी वीर व्यापार दा काम करदे आ। जिहड़ी चीज़ मैं नोट कीती दोस्तों, पहली वीडियो मैं बनाउण आया ते पशु बड़े साफ सुथरे जे मैनू दो नग जिहड़े इत्थे दिसे, जिहड़े गब्बण है सूई वी मझ सुबह चवाई हुई भी है ते मैं 9:11 ते वीडियो बना रहा ਉਹਦਾ ਥਣ ਹਵਾਨਾ ਇਸ ਟਾਈਮ ਜਿਹੜਾ ਉਹ, ਕਿਉਂਕਿ ਜਿੱਦਾਂ ਦਾ ਦੁੱਧ ਚੋਏ ਤੋਂ ਬਾਅਦ 'ਚ ਪਸ਼ੂ ਦਾ ਹਵਾਨਾ ਹੁੰਦਾ ਉਵੇਂ ਦਾ ਦਿਸਦਾ। ਇੱਕ ਤਾਂ ਤੋਕੜ ਗੱਭਣ ਗਾਂ ਤੁਹਾਨੂੰ ਦਿਖਾਊਂਗਾ ਇਸ ਵੀਡੀਓ 'ਚ, ਇੱਕ ਝੋਟੀ ਇੱਧਰ ਹਜੇ ਗੱਭਣ ਹੈ, ਟਾਈਮ ਲੈਂਦੀ ਹੈ ਸੂਣ 'ਚ, ਬਹੁਤ ਸੁਨੱਖੀ ਹੈ ਥਣ ਹਵਾਨੇ ਵਾਲੇ ਪੱਖ ਤੋਂ। ਤੁਸੀਂ ਇਹਦਾ ਹਵਾਨਾ ਦੇਖੋਗੇ ਤੁਹਾਨੂੰ ਪਸੰਦ ਆਊਗੀ। ਇਹ ਤੋਂ ਬਿਨਾਂ ਇੱਕ ਹੋਰ ਝੋਟੀ ਨਾਲ ਖੜੀ ਹੈ, ਉਹਦਾ ਵੀ ਥਣ ਹਵਾਨਾ ਦੇਖਣ ਵਾਲਾ। ਇਹਦਾ ਵੀ ਥਣ 'ਤੇ ਹਵਾਨਾ ਜੇ ਹੁਣ ਦੇਖੀਏ ਗੱਭਣ ਦੇ ਹਿਸਾਬ 'ਤੇ ਤਾਂ ਬਹੁਤ ਸੋਹਣਾ ਹਵਾਨਾ ਦਿਸਦਾ। ਸੋ ਇਹ ਵੀ ਝੋਟੀ ਵਿਕਰੀ ਵਾਸਤੇ ਹੈ, ਗੱਬਨ ਝੋਟੀ ਹੈ, ਦੇਖ ਸਕਦੇ ਹੋ ਹਵਾਨਾ ਤੁਸੀਂ, ਠੰਡੀ ਸੀਲ ਵੀ ਹੋਊਗੀ ਸੁਭਾਅ ਦੀ। ਇਹ ਤੋਂ ਬਿਨਾਂ ਇੱਧਰ ਤਾਜ਼ੀ ਸੂਈ ਵੀ ਮੱਝ, ਇਹਦੇ ਨਾਲ ਕੱਟੀ ਜਿਹੜੀ ਉਹ ਨੀਲੀ ਰਾਵੀ ਨਸਲ ਦੀ ਹੈ, ਕਿਉਂਕਿ ਜ਼ਿਲ੍ਹਾ ਫਿਰੋਜ਼ਪੁਰ ਹੈ ਤਾਂ ਕਿਤੇ ਨਾ ਕਿਤੇ ਇੱਦਾਂ ਦੇ ਪਸ਼ੂ ਤੁਹਾਨੂੰ ਜ਼ਰੂਰ ਇਸ ਏਰੀਏ 'ਚੋਂ ਦੇਖਣ ਨੂੰ ਮਿਲਦੇ ਆ। ਸੋ ਆਓ ਆਪਾਂ ਗੱਲਬਾਤ ਦੋਸਤੋ ਕਰਦੇ ਹਾਂ, ਤੋਕੜ ਗੱਬਣ ਗਾਂ ਤੋਂ ਸ਼ੁਰੂ ਕਰ ਲੈਂਦੇ ਹਾਂ ਵੀਡੀਓ, ਲਾਸਟ ਉੱਤੇ ਤੁਹਾਨੂੰ ਤਾਜ਼ੀ ਸੂਈ ਮੱਝ ਦਿਖਾ ਦਿਆਂਗੇ। ਤੁਹਾਨੂੰ ਜਿਹੜਾ ਪਸ਼ੂ ਚੰਗਾ ਲੱਗੇ ਤਸੱਲੀ ਤੁਸੀਂ ਕਰਨੀ ਹੈ, ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦ ਲਓ, ਜੇ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ। ਆਓ ਵੀਰ ਨਾਲ ਗੱਲਬਾਤ ਕਰਦੇ ਬਾਈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਨਾਮ ਦੱਸਿਓ ਬਾਈ ਜੀ ਆਪਣਾ। ਭਾਗ ਸਿੰਘ ਹੈ ਜੀ। ਠੀਕ ਹੈ। ਅੱਛਾ ਬਾਈ, ਵਪਾਰ ਦਾ ਕੰਮ ਕਰਦੇ ਆਪਾਂ? ਹਾਂਜੀ ਹਾਂਜੀ। ਗਾਵਾਂ ਮੱਝਾਂ ਦੋਨੇ ਤਰ੍ਹਾਂ ਦੇ ਪਸ਼ੂ ਜਾਂ ਇਕੱਲੀ ਮੱਝ? ਨਹੀਂ, ਦੋਵੇਂ ਤਰ੍ਹਾਂ ਦੇ ਆ ਜੀ। ਦੋਵੇਂ ਤਰ੍ਹਾਂ ਦੇ ਆਉਂਦੇ ਆ? ਹਾਂਜੀ। ਠੀਕ ਹੈ। ਕਿੰਨਾ ਕੁ ਚਿਰ ਹੋ ਗਿਆ ਹੋਊਗਾ? ਹੋ ਗਿਆ 5-7 ਸਾਲ ਜੀ। 5-7 ਸਾਲ ਹੋ ਗਏ। ਠੀਕ ਹੈ। ਅੱਛਾ, ਅੱਜ ਆਪਾਂ ਵੀਡੀਓ ਦੇ ਵਿੱਚ ਪਹਿਲੇ ਨੰਬਰ ਤੇ ਤੋਕੜ ਗੱਭਣ ਗਾਂ ਦਿਖਾਉਣੀ ਹੈ। ਕਿੰਨੇ ਚਿਰ ਦੀ ਗੱਭਣ ਤੇ ਕਿੰਨਾ ਦੁੱਧ ਹੈ? ਇਹ 6 ਮਹੀਨੇ ਦੀ ਗੱਭਣ ਆ ਜੀ, ਇਹ 4 ਕਿਲੋ ਦੁੱਧ ਹੈ ਦੋਵਾਂ ਟਾਈਮਾਂ ਦਾ। ਹਾਂਜੀ। ਠੀਕ ਹੈ। ਅੱਛਾ, ਇਹ 6 ਮਹੀਨੇ ਦੀ ਗੱਭਣ, ਇਸ ਟਾਈਮ ਤੇ ਸੂ ਆਏ ਨੇ ਕਿੰਨਵਾਂ ਸੂਣਾ? ਤੀਜਾ ਜੀ। ਤੀਜੇ ਸੂਏ ਸੂ? ਹਾਂਜੀ ਹਾਂਜੀ। ਰੇਟ ਇਹਦਾ ਕੀ ਰੱਖਾਂਗੇ? ਰੇਟ 22,000 ਇਹਦਾ ਜੀ। 22,000? ਹਾਂਜੀ। ਤੋਰ ਦਈਏ ਬਾਈ ਨੂੰ ਥੋੜ੍ਹਾ ਦੋਸਤੋ, 22,000 ਰੇਟ ਹੈ। ਤੋਰ ਵਿਖਾ ਦੇ ਨਾ। ਦੁੱਧ 4 ਕਿਲੋ ਦੋਵਾਂ ਟਾਈਮਾਂ ਦਾ ਦੇ ਰਹੀ ਹੈ, ਪਰ 6 ਮਹੀਨਿਆਂ ਦੀ ਗੱਭਣ ਹੋ ਗਈ ਹੈ। ਸੋ ਮਹੀਨੇ 3 ਰਹਿੰਦੇ ਆ ਦੋਸਤੋ ਸੂਣ 'ਚ, ਤੇ 22,000 ਰੇਟ ਹੈ। ਜਿਹੜਾ ਵੀਰ ਖਰੀਦੂਗਾ, ਸੇਵਾ ਕਰੋਗੇ ਤਾਂ 2 ਰੁਪਏ ਤੁਹਾਡੇ ਨਾਲ ਐਡ ਕਰੂ। ਥੋੜ੍ਹੀ ਲੰਬੀ ਤੋਰ ਨਹੀਂ ਬਾਈ? ਸੋ ਢਾਂਚਾ ਸੋਹਣਾ ਗਾਂ ਦਾ, ਸੰਭੀ ਵੀ ਚੰਗੀ ਹੈ, ਦੁੱਧੋਂ ਤਾਂ ਇਹਨੂੰ ਤੁਸੀਂ ਡਰਾਈ ਮੰਨ ਲਿਓ, ਲਿਆ ਵੀਰੇ ਵਾਪਸ। ਪਰ 22,000 'ਚ ਦੱਸੋ ਅਸਰ ਵੱਛੀ ਮਿਲੂਗੀ। ਇਹ ਤੁਹਾਨੂੰ ਤੋਕੜ ਗੱਭਣ ਗਾਂ ਬਾਈ ਜੀ ਹੋਰੀ ਦੇ ਰਹੇ ਆ। ਉਮੀਦ ਹੈ ਵੀ 2 ਰੁਪਏ ਨਾਲ ਜ਼ਰੂਰ ਜੋੜੂਗੀ ਜਦੋਂ ਤਿਆਰ ਹੋਊਗੀ। ਜਿਹੜਾ ਵੀਰ ਖਰੀਦਣੀ ਚਾਹੇ ਤਾਂ ਮੋਸਟ ਵੈਲਕਮ ਹੈ। ਇਹ ਤੋਂ ਬਿਨਾਂ ਦੱਸੋ, ਅੱਗੇ ਇੱਕ ਸੋਹਣੀ ਝੋਟੀ ਹੈ ਜਿਹਦੇ ਬਾਰੇ ਆਪਾਂ ਗੱਲਬਾਤ ਵੀਰ ਨਾਲ ਕਰਨੀ ਹੈ ਬਾਈ। ਜਿਹੜੀ ਇਦੋਂ ਅੱਗੇ 2 ਨੰਬਰ ਤੇ ਝੋਟੀ ਆਪਣੇ ਕੋਲ ਹੈਗੀ ਹੈ, ਹਾਂਜੀ, ਇਹ ਕਿੰਨਵਾਂ ਸੂਆ ਸੂਣਾ? ਤੀਜੇ ਸੂਏ ਸੂਣਾ ਜੀ। ਤੀਜੇ ਸੂਏ? ਹਾਂਜੀ। ਦਿਨ ਕਿੰਨੇ ਲਊ ਬਾਈ? ਇਹ 10 ਤਰੀਕ ਨੂੰ ਦਿਨ ਪੂਰੇ ਆ ਜੀ। 10 ਤਰੀਕ ਨੂੰ, ਅੱਜ 4 ਤਰੀਕ ਹੈ, 6 ਦਿਨ ਰਹਿ ਗਏ। ਹਾਂਜੀ। ਅੱਛਾ, ਇਹਦਾ ਰੇਟ ਕੀ ਰੱਖਿਆ ਬਾਈ? ਇਹਦਾ 1,10,000 ਹੈ। 1,10,000 ਦੁੱਧ ਬਾਈ ਮਾਲਕਾਂ ਨੇ ਕਿਹਾ? ਪਿਛਲੇ ਸੂਏ ਜੀ ਦਾ 14 ਕਿਲੋ ਦੁੱਧ ਸੀਗਾ। 14 ਕਿਲੋ ਦੁੱਧ ਪਿਛਲੇ ਸੂਏ ਦਿੱਤਾ? ਹਾਂਜੀ ਹਾਂਜੀ। ਠੀਕ ਹੈ। ਖੋਲੀ ਬਾਈ ਨੂੰ ਵੀ ਦੱਸੋ, 14 ਕਿਲੋ ਦੁੱਧ ਬਾਈ ਕਹਿੰਦਾ ਵੀ ਮਾਲਕਾਂ ਨੇ ਦੱਸਿਆ ਦੂਜੇ ਸੂਏ ਦਾ। ਸੂਆ ਤੀਜਾ, 1,10 ਰੇਟ ਹੈ, ਦਰਮਿਆਨੇ ਕੱਦ 'ਚ, ਫੁੱਲ ਬਿਊਟੀ ਵਾਲੀ ਹੈ। ਬਿਊਟੀ ਇਸ ਕਰਕੇ ਕਹਿੰਦਾ ਕਿਉਂਕਿ ਇਹਦਾ ਥਣ ਹਵਾਨਾ ਵੀ ਸੋਹਣਾ। ਗੋਹਾ ਕਰ ਲੈਂਦੀ ਬਾਈ? ਰੋਕ ਨਹੀਂ ਇੱਥੇ ਕੋਈ ਗੱਲ ਨਹੀਂ। ਸੋ ਗੋਹਾ ਕਰੂਗੀ ਤਾਂ ਹਵਾਨਾ ਹੋਰ ਸੋਹਣਾ ਤੁਹਾਨੂੰ ਦਿਖਾ ਲੈਣਾ ਇਹਨੇ, ਜਿੱਦਾਂ ਦਾ ਇਸ ਟਾਈਮ ਇਹਦਾ ਤਿਆਰ ਹੈ। ਸੋ ਹਵਾਨਾ ਦੱਸੋ ਤੁਸੀਂ ਪੂਰਾ ਹੀ ਇਹਦਾ ਦੇਖ ਲਿਆ, ਜਿੱਦਾਂ ਦਾ ਇਹਦਾ ਤਿਆਰ ਹੈ, ਸੋਹਣਾ ਹਵਾਨਾ ਹੈ ਅਤੇ ਥਣਾਂ 'ਚ ਬਿੱਥੀ ਜਾਂ ਥਣ ਦਾ ਸਾਈਜ਼ ਵੀ ਚੰਗਾ ਹੈ। 1,10,000 ਡਿਮਾਂਡ ਹੈ, ਆ ਕੇ ਵੀ ਦੇਖੋ, ਤੁਹਾਨੂੰ ਪਸੰਦ ਆ ਜਾਣੀ ਹੈ, ਕਿਉਂਕਿ ਸੋਹਣੇ ਸਿੰਗਾਂ ਦੀ ਹੈ, ਕੁੰਡਿਆਂ ਦੀ ਬਿਲਕੁਲ, ਦਰਮਿਆਨੇ ਕੱਦ 'ਚ, ਵਜ਼ਨ ਚੰਗਾ। ਤੀਜਾ ਸੂਆ, ਹਵਾਨਾ ਅੱਗੇ ਨੂੰ ਵੀ ਚੰਗਾ ਦਿਖਾਉਂਦੀ ਹੈ ਅਤੇ ਪਛਾਣ ਨੂੰ ਵੀ ਸੋਹਣਾ। ਵੇ ਖਾਸ ਗੱਲ ਹੁੰਦੀ ਹੈ, ਜਿਹੜਾ ਸਾਫ਼ ਸੁਥਰਾ ਪਸ਼ੂ ਉਹਨੂੰ ਤੋਕੜ ਵੇਚੋਗੇ ਤਾਂ ਤੁਹਾਡੇ ਪੈਸੇ ਨਹੀਂ ਘਟਾਉਂਦਾ। ਜੇ ਕਈ ਵਾਰ ਕੋਈ ਚੀਜ਼ ਬਦਲੀ ਵੀ ਕਰਨੀ ਹੁੰਦੀ ਹੈ ਜਾਂ ਕਈ ਵਾਰ ਪਸ਼ੂ ਵੇਚਣਾ ਪੈ ਜਾਂਦਾ ਤਾਂ ਇਦਾਂ ਦਾ ਸਾਫ਼ ਸੁਥਰਾ ਪਸ਼ੂ ਆਪਦੀ ਕੀਮਤ ਪੂਰੀ ਤੋਕੜ ਵੀ ਜਿਹੜਾ ਉਹ ਵਟਾ ਜਾਂਦਾ। ਜੇ ਥਣਾਂ ਦੀ ਗੱਲ ਕਰਦੇ ਹਾਂ ਤਾਂ ਅਗਲਾ ਥਣ ਦਾ ਸਾਈਜ਼ ਵੀ ਦੇਖ ਲਓ। ਹਵਾਨਾ ਦੇਖਣਾ ਹੋਵੇ ਤਾਂ ਦੱਸੋ 6 ਇੰਚ ਵਾਂਗੂ ਅਗਲੇ ਥਣ ਤੋਂ ਅੱਗੇ ਨੂੰ ਵੀ ਦਿਸਦਾ, ਬਾਕੀ ਪਿੱਛੋਂ ਦੀ ਹਵਾਨਾ ਜਿਹੜਾ ਉਹ ਬਹੁਤ ਸੋਹਣਾ ਦਿਖਾ ਰਹੀ ਹੈ। ਹਜੇ 6 ਦਿਨ ਪਏ ਆ ਦਿਨ ਪੂਰੇ ਹੋਣ 'ਚ, ਤਾਂ ਤੁਹਾਨੂੰ ਹਵਾਨੇ 'ਚ ਸਪੇਸ ਵੀ ਦਿਸਦੀ ਹੋਊਗੀ। ਇਹ ਜੋਸ਼ ਵਾਲਾ ਹਵਾਨਾ ਬਣਾਊਗੀ, ਢਿੱਲਾ ਹਵਾਨਾ ਨਹੀਂ ਰੱਖਦੀ। ਸੋ ਇੱਦਾਂ ਦਾ ਇਹਦਾ ਦੱਸੋ ਢਾਂਚਾ, 1,10,000 ਰੇਟ। ਇਦੋਂ ਅੱਗੇ ਤੁਹਾਨੂੰ ਦਿਖਾਉਣਾ ਮੈਂ ਜਿਹੜੀ ਮੈਨੂੰ ਇਸ ਗਰੁੱਪ ਦੇ ਵਿੱਚੋਂ ਸਭ ਤੋਂ ਚੰਗੇ ਥਣ ਹਵਾਨੇ ਦੀ ਮੱਝ ਲੱਗੀ, ਉਹਦੇ ਬਾਰੇ ਆਪਾਂ ਗੱਲਬਾਤ ਬਾਈ ਨਾਲ ਕਰਦੇ ਹਾਂ। ਜਿਹੜੀ 3 ਨੰਬਰ 'ਤੇ ਝੋਟੀ ਹੈ ਬਾਈ, ਕਿੰਨਵਾਂ ਸੂਆ ਸੁਣਦੀ? ਇਹ ਦੂਜੇ ਸੂਏ ਸੁਣੇ ਜੀ। ਕਿੰਨੇ ਦਿਨ ਲੈ ਜੂਗੀ?
छोटी कुख है पिट पुड़ा सोहना है ते खास चीज जेडी मैं पहला भी थोनू हिंट दे दिता सी मेनू इहदा थन ते हवाना बहुत सोहना लगा थोनू भी ए चीज पसंद आऊगी क्योंकि जेडी चीज सामने दिसदी है ओ हरेक ने देखनी है। रेट इहदा 85,000 है। ये रेट के तौर पर भी थोनू फिट आऊगी। वैसे दूजी झोटी भी जी बहुत सुनखी सी जी दो नंबर पर तोरी है पर यह भी आपकी थान पर बहुत चंगी है। कद काठ इहदा बहुत चंगा है। हवाना तुसीं देखो सारा जोश नाल भरिया विया थोनू ढिल्लापन नहीं हवाने च मिलेगा। तो सुभा दी ये काफ़ी ठंडी है। इतों तुसीं इहदा हवाना देख लो बरीक बिल्कुल चमड़ी दी बरीक पूछ वाली हवाना इतों देखो तुसीं गब्बण मझ दा हवाना देख रहे हो तुसीं 5-6 दिन हजे सून च लैंदी है। सो ये 3 नंबर पर सी ते एक थोनू लास्ट उत्ते दिखाउणा जिहड़ी ताज़ी सूई भी मझ भाई कोल इस टाइम विक्री वास्ते हैगी है। ये नाल बच्चा कट्टी कट्टी नीली रावी नसल की जी 4 नंबर से मज बई ताजी सूई भी है। हाँ जी किनवा सूआ ये चौथे सूए है जी। इनू दिन अज किन्ने हो गए? इनू 15 दिन सूई न हो गए। ठीक है बच्चा कट्टी नाल। हाँ जी हाँ जी। अच्छा बई 15 दिन की सूई दुध किन्ना होगा? 11 किलो दुध है जी। दोवां टाइमां दा हैगा? हाँ जी दोवां टाइमां। 10 तो बाहर तो तोल सकदा कोई बंदा? हाँ जी हाँ जी हाँ जी। रेट इहदा की रखा? रेट 70,000 है जी। 70,000 तोर दे वीर इहनू भी दसो लास्ट उत्ते ताजी सूई मज ये कट्टी इहदे नाल रेट 70,000 है तो दुध 11 किलो बई ने दसिया पर तुसी 10 किलो तो बाहर कंडे तोल के बेशक लै लो 2 टाइम चो लो 3 टाइम चो लो। सूए बारे हमेशा कहना उन्हां भी वह तुसी आप पशु की उम्र नू समझना हुंदा भी किन्ने क उम्र हो सकती है किनवा सूआ हो सकता है। विक्री वाले पशु आउंदे बई कोल मझां ज़्यादा आउंदियां नाल गावां भी हुंदियां इत्थे। सो ये मझ जिहड़ी तुहानू दिखा रहा दसो इहदा रेट बई ने 70,000 रुपया रख्या नाले दे कट्टी है 15 दिन की सूई है। जिन्हों पसंद आए कॉन्टैक्ट उन्हें करना नंबर स्क्रीन उत्ते चली जाता। ये कट्टी भी तुसीं देख रहे हो दसो सोहनी कट्टी नूं इहने जन्म दिता जिहड़ा वीर पसंद करे तो ये नाले भी ध्यान च लिया देना बेशक मझ काले रंग च है पर एरिया फिरोजपुर है। पूछ इहदी भी तुहानूं धरती दे नेड़ तेड़ दिसदी होगी क्योंकि किते ना किते पीढ़ियां दे विचों पहला नीली रावी सी इस एरिए दे विच ज़्यादा तां ही कट्टी नूं इदां दी नूं इहने जन्म दिता। बाकी जिहड़ा वीर पसंद करे खरीदना पशु नूं उहने है पशु सोहणे सी। अज ये तुसीं झोटी सामने फिर देख रहे हो दुबारा रिकमेंड करूँगा जे कोई वीर चंगी झोटी खरीदनी चाहुंदा है वाजब रेट च है सोहनी झोटी है। ये तो बिना इधर एक होर झोटी जिहड़ी वह भी चंगे वजन वाली सोहनी झोटी ते नाल एक गां तुहानूं दिखाई है इहदा रेट इन्ना क जायज़ आ भी मेरे ख्याल च हरेक वीर ही इहदा गाहक होगा। सो धन्नवाद वीडियो देखने वास्ते।